ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਰਸਨਾ ਤੋਂ ਪਾਵਨ ਪਵਿੱਤਰ ਅੰਮ੍ਰਿਤਮਈ ਤੁਰਕੀ ਬਾਣੀ ਪ੍ਰਗਟ ਕਰ ਰਹੇ ਹਨ। ਸਤਿਗੁਰੂ ਜੀ ਤੀਸਰੇ ਸ਼ਬਦ ਦੀ ਆਰੰਭਤਾ ਕਰਦੇ ਹੋਏ ਉਚਾਰਨ ਕਰਦੇ ਹਨ ਬਿਸਮਾਦ ਨਾਦ ਬਿਸਮਾਦ ਵੇਦ। ਬਿਸਮਾਦ ਦਾ ਅਰਥ ਹੈਰਾਨੀਜਨਕ ਅਸ਼ਚਰਜ ਅਦਭੁਤ। ਇਹ ਸੰਸਾਰੀ ਕਿਸੇ ਡੂੰਘੀ ਸੋਚ ਦੇ ਵਿੱਚ ਡੁੱਬ ਜਾਣਾ ਬਿਸਮਾਦ ਨਹੀਂ ਹੈ, ਜਾਂ ਫਿਰ ਕਿਸੇ ਡਰਾਉਣੇ ਦ੍ਰਿਸ਼ ਨੂੰ ਦੇਖ ਕੇ ਭੈ ਭੀਤ ਹੋ ਜਾਣਾ, ਇਹ ਬਿਸਮਾਦ ਨਹੀਂ ਅਪਵਾਉਂਦਾ। ਕਿਸੇ ਸੰਸਾਰੀ ਅਦਭੁਤ ਨਜ਼ਾਰੇ ਨੂੰ ਦੇਖ ਕੇ ਜਾਂ ਮਨਮੋਹਣੇ ਸੰਸਾਰੀ ਪਦਾਰਥਾਂ ਨੂੰ ਦੇਖ ਕੇ ਆਪਣੀ ਸੁਰਤ ਨੂੰ ਗਵਾ ਲੈਣਾ, ਇਹ ਬਿਸਮਾਦ ਨਹੀਂ ਹੈ। ਬਿਸਮਾਦ ਉਸ ਅਵਸਥਾ ਦਾ ਨਾਮ ਹੈ ਜਿੱਥੇ ਨਾ ਹਰਖ ਨਾ ਸੋਗ ਨਾ ਕੋਈ ਸਾਧਨਾ ਰਹੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸੁਲੰਘਾ ਕਰਦਿਆਂ ਹੋਇਆਂ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਓਤ ਪੋਤ ਹੋ ਜਾਣਾ, ਤਿੰਨਾਂ ਗੁਣਾਂ ਤੋਂ ਅਤੀਤ ਹੋ ਜਾਣਾ ਅਤੇ ਇੱਕ ਓਅੰਕਾਰ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨਤਾ ਦਾ ਨਾਮ ਬਿਸਮਾਦ ਹੈ। ਭਾਈ ਮਰਦਾਨਾ ਜੀ ਦਰਗਾਹੀ ਰਬਾਬ ਦੀਆਂ ਤੰਦਾਂ ਨੂੰ ਵਜਾਉਂਦੇ ਅਤੇ ਬਿਸਮਾਦ ਦੇ ਸੋਨੇ ਫੁੱਟ ਪੈਂਦੇ, ਅੰਮ੍ਰਿਤ ਦੇ ਝਰਨੇ ਵਗ ਤੁਰਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੁਰੋਂ ਆਈ ਬਾਣੀ ਨੂੰ ਗਾਉਂਦੇ, ਬਾਣੀ ਨੂੰ ਗਾਉਂਦੇ ਗਾਉਂਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇੱਕ ਮਿੱਕ ਹੋ ਜਾਂਦੇ, ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜਿਆ ਹੋਇਆ ਆਪਣੇ ਆਪ ਮੁੱਖ ਤੋਂ ਉਚਾਰਨ ਹੁੰਦਾ ਤੂੰ ਨਿਰੰਕਾਰ ਤੂੰ ਨਿਰੰਕਾਰ ਤੂੰ ਵਾਹ ਤੂੰ ਵਾਹ ਤੂੰ ਬਿਸਮਾਦ ਤੂੰ ਬਿਸਮਾਦ। ਉਸ ਬਿਸਮਾਦ ਦੀ ਅਵਸਥਾ ਦੇ ਵਿੱਚ ਚਲੇ ਜਾਂਦੇ ਅਤੇ ਫਿਰ ਜਦੋਂ ਸੰਸਾਰ ਦੇ ਵਿੱਚ ਸੰਸਾਰੀ ਔਤਕਾਂ ਨੂੰ ਦੇਖਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਨੂੰ ਵੇਖਦੇ ਤਾਂ ਫਿਰ ਹਰ ਇੱਕ ਚੀਜ਼ ਨੂੰ ਦੇਖ ਕੇ ਆਖਦੇ ਕਿ ਹੇ ਵਾਹਿਗੁਰੂ ਇਹ ਬੜਾ ਅਚਰਜ ਹੈ। ਹੁਣ ਸਤਿਗੁਰੂ ਜੀ ਇੱਥੇ ਉਚਾਰਨ ਕਰਦੇ ਹਨ ਬਿਸਮਾਦ ਨਾਲ, ਨਾਦ ਤੋਂ ਭਾਵ ਸੰਗੀਤ ਧੁਨੀ। ਜਿਹੜੇ ਸਾਰੇ ਤਰ੍ਹਾਂ ਦਾ ਸੰਗੀਤ ਹੈ ਇਹ ਵਾਹਿਗੁਰੂ ਇਹ ਅਚਰਜ ਰੂਪ ਹੈ। ਬਿਸਮਾਦ ਵੇਦ ਵੇਦਾਂ ਦਾ ਗਿਆਨ ਇਹ ਵੀ ਅਚਰਜ ਰੂਪ ਹੈ। ਜੋ ਨਾਦ ਪ੍ਰਗਟ ਹੋ ਰਿਹਾ ਹੈ ਇਹ ਧੁਨਾਤਮਕ ਸ਼ਬਦ ਹੈ ਅਤੇ ਜੋ ਵੇਦਾਂ ਦਾ ਗਿਆਨ ਹੈ ਇਹ ਵਰਨਾਤਮਕ ਸ਼ਬਦ ਹੈ। ਹੇ ਵਾਹਿਗੁਰੂ ਸਾਰੇ ਤਰ੍ਹਾਂ ਦਾ ਨਾਦ ਅਤੇ ਵੇਦਾਂ ਦਾ ਗਿਆਨ ਅਚਰਜ ਰੂਪ ਹੈ। ਬਿਸਮਾਦ ਜੀ ਜੋ ਵਾਹਿਗੁਰੂ ਪਰਮੇਸ਼ਰ ਤੋਂ ਸੰਸਾਰ ਦੇ ਵਿੱਚ ਜੀਵ ਪੈਦਾ ਕੀਤੇ ਹਨ ਬਿਸਮਾਦ ਹਨ।
ਬਸਮਾਦ ਭੇਦ ਫਿਰ ਸਾਰਿਆਂ ਦੇ ਵਿੱਚ ਭੇਦ ਰੱਖਿਆ ਹੈ। ਵਾਹਿਗੁਰੂ ਜਿਹੜਾ ਇਹਨਾਂ ਦੇ ਵਿੱਚ ਭੇਦ ਹੈ, ਅੱਡੋ ਅੱਡੀ ਤਰ੍ਹਾਂ ਦੇ ਤੂੰ ਜੀਵ ਪੈਦਾ ਕੀਤੇ ਹਨ, ਇਹ ਵੀ ਅਚਰਜ ਰੂਪ ਹਨ। ਬਸਮਾਦ ਰੂਪ, ਬਸਮਾਦ ਰੰਗ, ਬਸਮਾਦ ਨਾਂਗੇ ਫਿਰ ਹੈ ਜੰਤ। ਇਹ ਵਾਹਿਗੁਰੂ ਜਿਹੜੇ ਤੋਂ ਬਿਸਮਾਦ ਰੂਪ, ਰੂਪ ਤੋਂ ਭਾਵ ਸ਼ਕਲ, ਹੇ ਵਾਹਿਗੁਰੂ ਜੀ ਤੋਂ ਵੱਖ ਵੱਖ ਸ਼ਕਲਾਂ ਦੇ ਜੀਵ ਸੰਸਾਰ ਦੇ ਵਿੱਚ ਪੈਦਾ ਕੀਤੇ ਹਨ। ਆਪਣੇ ਹਿੰਦੁਸਤਾਨ ਦੇ ਵਿੱਚ ਜਿਹੜੇ ਮਨੁੱਖ ਹਨ ਹੋਰ ਤਰ੍ਹਾਂ ਦੇ ਹਨ, ਇੱਧਰ ਚਾਈਨਾ ਦੇ ਵਿੱਚ ਜਾਂ ਥਾਈਲੈਂਡ ਮਲੇਸ਼ੀਆ ਦੇ ਵਿੱਚ, ਉਹ ਜੀਵਾਂ ਦੀ ਸ਼ਕਲ ਵੱਖਰੀ ਹੈ ਅਤੇ ਅੰਗ ਪੈਰ ਸਾਡੇ ਵਰਗੇ ਹਨ। ਇਸ ਤੋਂ ਅੱਗੇ ਚਲੇ ਜਾਓ, ਉਹਨਾਂ ਦੀ ਸ਼ਕਲ ਵੱਖਰੀ ਹੈ। ਜੇ ਵਾਹਿਗੁਰੂ ਤੋਂ ਤਰ੍ਹਾਂ ਤਰ੍ਹਾਂ ਦੀ ਸ਼ਕਲਾਂ ਦੇ ਜੀਵ ਪੈਦਾ ਕੀਤੇ ਹਨ, ਅਚਰਜ ਰੂਪ ਹਨ, ਬਿਸਮਾਦ ਰੰਗ, ਅਤੇ ਉਹਨਾਂ ਦੇ ਰੰਗ ਵੀ ਵੱਖਰੇ ਵੱਖਰੇ ਰੱਖੇ ਹਨ। ਕਿਸੇ ਦਾ ਰੰਗ ਕਾਲਾ ਹੈ, ਕਿਸੇ ਦਾ ਰੰਗ ਗੋਰਾ ਹੈ, ਕਿਸੇ ਦਾ ਸਾਵਲਾ ਹੈ। ਤੂੰ ਜੀਵ ਜੰਤੂਆਂ ਦੇ ਰੰਗ ਵੱਖਰੇ ਵੱਖਰੇ ਭਰੇ ਹਨ, ਜਿਨ੍ਹਾਂ ਦਾ ਅਸੀਂ ਬਿਆਨ ਨਹੀਂ ਕਰ ਸਕਦੇ। ਇਹ ਵਾਹਿਗੁਰੂ ਉਹਨਾਂ ਦੀਆਂ ਸ਼ਕਲਾਂ, ਉਹਨਾਂ ਦੇ ਰੰਗ ਅਚਰਜ ਰੂਪ ਹਨ, ਬਿਸਮਾਦ ਨਾਂਗੇ ਫਿਰ ਹੈ ਜੰਤ। ਅਤੇ ਜਿਹੜੇ ਅਨੇਕਾਂ ਜੀਵ ਜੰਤੂ ਨੰਗੇ ਹੀ ਤੁਰੇ ਫਿਰਦੇ ਹਨ, ਜਿਨ੍ਹਾਂ ਦੇ ਜਿਸ ਤਰ੍ਹਾਂ ਅਸੀਂ ਆਪਣੇ ਤਨ ਦੇ ਉੱਪਰ ਕੱਪੜਾ ਪਹਿਨਦੇ ਹਾਂ, ਸਰਦੀ ਦੇ ਵਿੱਚ ਮੋਟੇ ਕੱਪੜੇ, ਗਰਮੀ ਦੇ ਵਿੱਚ ਗਰਮੀ ਵਾਲੇ ਕੱਪੜੇ ਪਹਿਨਦੇ ਹਾਂ, ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਦੇ ਤਨ ਦੇ ਉੱਪਰ ਕੱਪੜਾ ਨਹੀਂ, ਉਹਨਾਂ ਦੀ ਤੂੰ ਐਸੀ ਖੇਡ ਵਰਤਾਈ ਹੈ, ਉਹਨਾਂ ਦਾ ਜੀਵਨ ਹੀ ਐਸਾ ਹੈ। ਉਹ ਬਰਫ਼ ਦੇ ਵਿੱਚ ਰਹਿੰਦੇ ਹਨ, ਤਨ ਦੇ ਉੱਪਰ ਕੱਪੜਾ ਨਹੀਂ, ਉਹ ਗਰਮੀ ਦੇ ਵਿੱਚ ਅੱਗ ਦੇ ਵਿੱਚ ਰਹਿੰਦੇ ਹਨ, ਉਹਨਾਂ ਦੇ ਤਨ ਦੇ ਉੱਪਰ ਕੱਪੜਾ ਨਹੀਂ। ਇਹ ਵਾਹਿਗੁਰੂ ਇਹੋ ਜਿਹੇ ਜਨਤਾ ਨੂੰ ਦੇਖ ਕੇ ਅਸੀਂ ਅਚਰਜ ਹੋ ਜਾਂਦੇ ਹਾਂ, ਇਹ ਵੀ ਤੇਰਾ ਅਚਰਜ ਰੂਪ ਹੈ। ਬਿਸਮਾਦ ਪਾਉਣ, ਬਿਸਮਾਦ ਪਾਣੀ, ਬਿਸਮਾਦ ਅਗਨੀ ਖੇਡ ਹੈ ਵਡਾਨੀ। ਪੌਣ ਪੌਣ ਤੋਂ ਭਾਵ ਹਵਾ, ਜਦੋਂ ਅਸੀਂ ਹਵਾ ਨੂੰ ਵੇਖਦੇ ਹਾਂ ਤਾਂ ਇਹ ਵੀ ਅਚਰਜ ਰੂਪ ਹੈ ਪਾਣੀ। ਇਹ ਵਾਹਿਗੁਰੂ ਤੂੰ ਜੀਵਾਂ ਦੇ ਜੀਵਨ ਵਾਸਤੇ ਪਾਣੀ ਬਖਸ਼ਿਆ ਹੈ, ਇਸ ਪਾਣੀ ਨੂੰ ਵੇਖ ਕੇ ਅਸੀਂ ਅਚਰਜ ਹੋ ਜਾਂਦੇ ਹਾਂ। ਬਿਸਮਾਦ ਅਗਨੀ ਖੇਡਾ ਵਡਾਣੀ, ਜਿਹੜੀ ਅਗਨੀ ਅੱਗ ਹੈ, ਕਈ ਤਰ੍ਹਾਂ ਦੇ ਕੌਤਕ ਖੇਡਦੀ ਹੈ, ਕਿਉਂਕਿ ਅੱਗ ਕਈ ਤਰ੍ਹਾਂ ਦੀ ਹੈ। ਇੱਕ ਬੜਬੜ ਅੱਗ, ਜਸ਼ਨ ਦੀ ਅੱਗ, ਦਾਵਾ ਅੱਗ, ਤ੍ਰਿਸ਼ਨਾ ਦੀ ਅੱਗ, ਲੋਭ ਦੀ ਅੱਗ, ਵਿਕਾਰਾਂ ਦੀ ਅੱਗ, ਕਈ ਤਰ੍ਹਾਂ ਦੀ ਅੱਗ ਹੈ। ਫਿਰ ਇਹ ਅੱਗ ਅੱਡੋ ਅੱਡੀ ਤਰ੍ਹਾਂ ਦੇ ਕੌਤਕ ਖੇਡਦੀ ਹੈ, ਇਹ ਵੀ ਇੱਕ ਅਚਰਜ ਰੂਪ ਹੈ। ਬਿਸਮਾਦ ਧਰਤੀ, ਬਿਸਮਾਦ ਖਾਣੀ, ਬਿਸਮਾਦ ਸਾਧ ਲੱਗ ਹੈ ਪਰਾਣੀ। ਇਹ ਵਾਹਿਗੁਰੂ, ਇਹ ਧਰਤੀ ਵੀ ਅਚਰਜ ਰੂਪ ਹੈ। ਇੱਥੇ ਧਰਤੀ ਕਿਹੋ ਜਿਹੀ ਪੈਦਾ ਕੀਤੀ ਹੈ, ਕਦੇ ਕਿਹੋ ਜਿਹੀ ਧਰਤੀ ਬਣਾਈ ਹੈ, ਕਿਤੇ ਪੱਧਰੀ ਧਰਤੀ ਬਣਾਈ ਹੈ, ਕਿਤੇ ਪਹਾੜ ਬਣਾਏ ਹਨ, ਕਿਤੇ ਸਮੁੰਦਰ ਬਣਾਇਆ ਹੈ। ਇਹ ਵਾਹਿਗੁਰੂ ਧਰਤੀ ਨੂੰ ਦੇਖ ਕੇ ਅਸੀਂ ਅਚਰਜ ਹਾਂ। ਬਿਸਮਾਦ ਖਾਣੀ, ਜਿਹੜੀਆਂ ਚਾਰ ਖਾਣੀਆਂ ਜਿਨ੍ਹਾਂ ਦੁਆਰਾ ਸੰਸਾਰ ਦੀ ਪੈਦਾਇਸ਼ ਹੁੰਦੀ ਹੈ, ਅੰਡਜ, ਜੇਰਜ, ਸੇਤਜ ਅਤੇ ਉਤਪਜ, ਇਹ ਚਾਰ ਖਾਣੀਆਂ ਵੀ ਅਚਰਜ ਰੂਪ ਹਨ। ਬਿਸਮਾਦ ਸਾਧ ਲੱਗ ਹੈ ਪ੍ਰਾਣੀ, ਅਨੇਕਾਂ ਜੀਵ ਆਪੋ ਆਪਣੇ ਸਾਧ ਸਵਾਦ ਦੇ ਵਿੱਚ ਲੱਗੇ ਹੋਏ ਹਨ। ਕੋਈ ਪਦਾਰਥਾਂ ਨੂੰ ਸ਼ਕਲ ਛਕਾਉਣ ਦੇ ਸਵਾਦ ਵਿੱਚ ਲੱਗਾ ਹੈ, ਕੋਈ ਵਿਕਾਰਾਂ ਨੂੰ ਭੋਗਣ ਦੇ ਸਵਾਦ ਵਿੱਚ ਲੱਗਾ ਹੋਇਆ ਹੈ। ਇਹ ਸੰਸਾਰੀ ਪ੍ਰਾਣੀ ਅੱਡੋ ਅੱਡੀ ਸਵਾਦਾਂ ਦੇ ਵਿੱਚ ਲੱਗੇ ਹਨ, ਇਹ ਵੀ ਅਚਰਜ ਰੂਪ ਹਨ। ਬਿਸਮਾਦ ਸੰਜੋਗ, ਬਿਸਮਾਦ ਵਿਯੋਗ,
ਵਿਸਮਾਦ ਭੁੱਖ ਵਿਸਮਾਦ ਭੋਗ ਸੰਯੋਗ ਜੋ ਗੁਰੂ ਦੇ ਨਾਲ ਸੰਯੋਗ ਹੋ ਰਿਹਾ ਹੈ ਅਤੇ ਗੁਰੂ ਦੇ ਦੁਆਰਾ ਇਹ ਵਾਹਿਗੁਰੂ ਆਪ ਜੀ ਦੇ ਨਾਲ ਜੀਵਾਂ ਦਾ ਸੰਯੋਗ ਹੋ ਰਿਹਾ ਹੈ ਇਹ ਵੀ ਅਚਰਜ ਰੂਪ ਹੈ। ਵਿਯੋਗ ਜਿਹੜੇ ਵਿਯੋਗੀ ਕਰਮਾਂ ਕਰਕੇ ਆਪ ਦੇ ਚਾਨਾਂ ਨਾਲੋਂ ਵਿਛੜੇ ਹੋਏ ਹਨ ਜਿਨ੍ਹਾਂ ਦਾ ਵਿਯੋਗ ਹੋ ਰਿਹਾ ਹੈ ਇਹ ਵੀ ਅਚਰਜ ਰੂਪ ਹੈ। ਵਿਸਮਾਦ ਭੁੱਖ ਅਤੇ ਕਈ ਭੁੱਖ ਦੇ ਵਿੱਚ ਤੁਰੇ ਫਿਰਦੇ ਹਨ, ਕਈਆਂ ਨੂੰ ਖਾਣ ਨੂੰ ਅੰਨ ਨਹੀਂ ਮਿਲਦਾ ਉਹ ਭੁੱਖ ਦੇ ਵਿੱਚ ਹਨ, ਕਈਆਂ ਨੂੰ ਪਦਾਰਥਾਂ ਦੀ ਭੁੱਖ ਲੱਗੀ ਹੈ, ਕਈਆਂ ਨੂੰ ਮਾਇਆ ਦੀ ਭੁੱਖ ਲੱਗੀ ਹੈ। ਜਦੋਂ ਇਹਨਾਂ ਜੀਵਾਂ ਵੱਲ ਅਸੀਂ ਦੇਖਦੇ ਹਾਂ ਇਹ ਵੀ ਅਚਰਜ ਰੂਪ ਹਨ। ਵਿਸਮਾਦ ਭੋਗ ਅਤੇ ਕਈ ਭੋਗਾਂ ਨੂੰ ਭੋਗਣ ਦੇ ਵਿੱਚ ਲੱਗੇ ਹੋਏ ਹਨ ਇਹ ਵੀ ਅਚਰਜ ਰੂਪ ਹਨ। ਵਿਸਮਾਦ ਸਰਬਤ ਵਿਸਮਾਦ ਸਾਲਾਹ ਵਿਸਮਾਦ ਉਜੜ ਵਿਸਮਾਦ ਵਿਸਮਾਦ ਸਿਵਤ ਜੋ ਇਕੱਲਾ ਬੈਠ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਵਤ ਸਲਾਹ ਕਰਦਾ ਹੈ ਉਸ ਨੂੰ ਸਿਵਤ ਆਖਦੇ ਹਨ। ਜਿਹੜੇ ਇੱਕ ਤੋਂ ਵੱਧ ਦੋ ਚਾਰ ਪੰਜ ਜਾਣੇ ਮਿਲ ਕੇ ਸੰਗਤ ਰੂਪ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਦੇ ਹਨ ਉਹ ਸਲਾਹ ਹੈ। ਜੋ ਵਾਹਿਗੁਰੂ ਪਰਮੇਸ਼ਰ ਤੇਰੀ ਸਿਫਤ ਹੋ ਰਹੀ ਹੈ ਉਹ ਵੀ ਅਚਰਜ ਰੂਪ ਹੈ। ਜੋ ਤੇਰੀ ਜਸ ਵਡਿਆਈ ਸਲਾਹ ਹੋ ਰਹੀ ਹੈ ਇਹ ਵੀ ਅਚਰਜ ਰੂਪ ਹੈ। ਵਿਸਮਾਦ ਉੱਜੜ ਉੱਜੜ ਤੋਂ ਭਾਵ ਪੁਰਸਤਾ ਜੇ ਅਸੀਂ ਇਸ ਨੂੰ ਉੱਜੜ ਬੋਲ ਦਿੱਤਾ ਤਾਂ ਉੱਜੜ ਦਾ ਅਰਥ ਹੁੰਦਾ ਹੈ ਕਿ ਫਲਾਨਾ ਉੱਜੜ ਗਿਆ ਉਹਦਾ ਘਰ ਉੱਜੜ ਗਿਆ। ਇਹਨੂੰ ਥੋੜ੍ਹਾ ਜ਼ੋਰ ਦੇ ਨਾਲ ਬੋਲਣਾ ਹੈ ਉੱਜੜ ਉੱਜੜ ਤੋਂ ਭਾਵ ਕੁਰਾਹਾ ਕੁਰਸਤੇ ਪੈ ਗਏ। ਬਹੁਤ ਸਾਰੇ ਸੰਸਾਰ ਦੇ ਵਿੱਚ ਪਰਮਾਤਮਾ ਦੇ ਮਾਰਗ ਤੋਂ ਭੁੱਲ ਕੇ ਕੁਰਾਹੇ ਪਏ ਹੋਏ ਹਨ ਉਹਨਾਂ ਨੂੰ ਦੇਖ ਕੇ ਉਹ ਵੀ ਅਚਰਜ ਰੂਪ ਹਨ। ਵਿਸਮਾਦ ਰਾਹ ਅਤੇ ਅਨੇਕਾਂ ਮਨੁੱਖ ਹੇ ਵਾਹਿਗੁਰੂ ਤੇਰੇ ਪਰਮਾਤਮਾ ਦੇ ਮਾਰਗ 'ਤੇ ਚੱਲ ਰਹੇ ਹਨ, ਭਗਤੀ ਦੇ ਰਸਤੇ 'ਤੇ ਚੱਲ ਰਹੇ ਹਨ। ਜਦੋਂ ਅਸੀਂ ਉਹਨਾਂ ਭਗਤੀ ਵਾਲੇ ਮਨੁੱਖਾਂ ਵੱਲ ਵੇਖਦੇ ਹਾਂ ਤਾਂ ਅਸੀਂ ਅਚਰਜ ਦੇ ਵਿੱਚ ਵਿਸਮਾਦ ਦੇ ਵਿੱਚ ਚਲੇ ਜਾਂਦੇ ਹਾਂ। ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਬਹੁਤ ਸਾਰੇ ਜੀਵ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਨੇੜੇ ਜਾਣਦੇ ਹਨ ਕਿ ਵਾਹਿਗੁਰੂ ਪਰਮੇਸ਼ੁਰ ਸਾਡੇ ਨੇੜੇ ਵਸ ਰਿਹਾ ਹੈ ਇਹ ਵੀ ਅਚਰਜ ਰੂਪ ਹੈ। ਵਿਸਮਾਦ ਦੂਰ ਅਤੇ ਬਹੁਤ ਸੰਸਾਰੀ ਜੀਵ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਦੂਰ ਵਸਦਾ ਜਾਣਦੇ ਹਨ ਇਹ ਵੀ ਅਚਰਜ ਰੂਪ ਹੈ। ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਅਤੇ ਬਹੁਤ ਸਾਰੇ ਭਗਤ ਜਨ ਵਾਹਿਗੁਰੂ ਪਰਮੇਸ਼ੁਰ ਦੇ ਪਿਆਰੇ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਹਾਜ਼ਰ ਨਾਜ਼ਰ ਜਾਣਦੇ ਹਨ ਅਤੇ ਹਰ ਵਕਤ ਵਾਹਿਗੁਰੂ ਪਰਮੇਸ਼ੁਰ ਸਾਡੇ ਸੰਗ ਦੇ ਵਿੱਚ ਸਾਡੇ ਕੋਲ ਵਸ ਰਿਹਾ ਹੈ ਇਹ ਵੀ ਅਚਰਜ ਰੂਪ ਹੈ। ਵੇਖ ਬੜਾਨ ਰਹਿਆ ਵਿਸਮਾਦ ਨਾਨਕ ਬੁਝਨ ਪੂਰੇ ਭਾਗ ਵਿਡਾਣ ਤੋਂ ਭਾਵ ਕੌਤਕ ਉਸ ਵਾਹਿਗੁਰੂ ਪਰਮੇਸ਼ੁਰ ਦੇ ਕੌਤਕਾਂ ਨੂੰ ਦੇਖ ਕੇ ਅਸੀਂ ਵਿਸਮਾਦ ਹੋ ਜਾਂਦੇ ਹਾਂ। ਸਤਿਗੁਰੂ ਜੀ ਹੁਣ ਇਸ ਪੰਕਤੀ ਦੇ ਵਿੱਚ ਦੱਸ ਰਹੇ ਹਨ ਕਿ ਉਸ ਵਾਹਿਗੁਰੂ ਪਰਮੇਸ਼ੁਰ ਦੇ ਕੌਤਕ ਜੋ ਉੱਪਰ ਗਿਣੇ ਹਨ ਉਹਨਾਂ ਕੌਤਕਾਂ ਨੂੰ ਦੇਖ ਕੇ ਅਸੀਂ ਹੈਰਾਨੀ ਦੇ ਵਿੱਚ ਚਲੇ ਜਾਂਦੇ ਹਾਂ, ਉਸ ਕੌਤਕਾਂ ਨੂੰ ਦੇਖ ਕੇ ਅਸੀਂ ਅਚਰਜ ਹੋ ਜਾਂਦੇ ਹਾਂ। ਨਾਨਕ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਥਨ ਕਰਦੇ ਹਨ ਬੁੱਝਣ ਪੂਰਾ ਭਾਗ ਜਿਨ੍ਹਾਂ ਦੇ ਪੂਰੇ ਭਾਗ ਹਨ ਉੱਤਮ ਭਾਗ ਹਨ ਉਹ ਇਸ ਗੱਲ ਨੂੰ ਬੁੱਝਦੇ ਹਨ ਇਸ ਰਮਜ ਨੂੰ ਬੁੱਝਦੇ ਹਨ ਜਿਨ੍ਹਾਂ ਦੇ ਮਸਤਕ ਦੇ ਪੂਰੇ ਭਾਗ ਹਨ। ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਸਤਿਗੁਰੂ ਜੀ ਪਹਿਲੀ ਪੌੜੀ ਦੇ ਵਿੱਚ ਉਚਾਰਨ ਕਰਦੇ ਹਨ
ਦੋਈ ਕੁਦਰਤ ਸਾਜੀ ਹੈ ਪਰ ਆਸਾਂ ਡਿੱਠੋ ਜਾਓ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਆਪ ਤੋਂ ਦੂਜੀ ਕੁਦਰਤ ਪੈਦਾ ਕੀਤੀ, ਸ਼ਕਤੀ ਪੈਦਾ ਕੀਤੀ, ਉਹ ਸ਼ਕਤੀ ਕੁਦਰਤ ਵਾਹਿਗੁਰੂ ਪਰਮੇਸ਼ਰ ਦੀ। ਜੋ ਕੁਝ ਵੀ ਦਿਸ ਰਿਹਾ ਹੈ, ਜੋ ਕੁਝ ਵੀ ਅਸੀਂ ਕੰਨਾਂ ਦੇ ਨਾਲ ਸੁਣਦੇ ਹਾਂ, ਸਭ ਕੁਦਰਤ ਦੇ ਵਿੱਚ ਹੈ। ਜੋ ਅਸੀਂ ਅੱਖਾਂ ਦੇ ਨਾਲ ਦੇਖਦੇ ਹਾਂ, ਸਾਡੀ ਨਿਗਾਹ ਦੇ ਵਿੱਚ ਆਉਂਦਾ ਹੈ ਅਤੇ ਕੰਨਾਂ ਦੇ ਵਿੱਚ ਸੁਣਨ ਦੇ ਵਿੱਚ ਆਉਂਦਾ ਹੈ, ਸਭ ਕੁਦਰਤ ਦੇ ਵਿੱਚ ਹੈ। ਕੁਦਰਤ ਭਉ ਸੁਖ ਸਾਰ, ਭਉ ਤੋਂ ਭਾਵ ਡਰ, ਜਿਹੜਾ ਸੰਸਾਰ ਦਾ ਡਰ ਹੈ, ਦੂਤਾਂ ਦਾ ਡਰ ਹੈ। ਸੁਖ ਸਾਰ, ਸਾਰ ਤੋਂ ਭਾਵ ਸ੍ਰੇਸ਼ਟ, ਜਿਹੜਾ ਸ੍ਰੇਸ਼ਟ ਸੁੱਖ ਹੈ, ਜਿਹੜਾ ਉੱਤਮ ਸੁੱਖ ਹੈ, ਇਹ ਵੀ ਸਾਰਾ ਵਾਹਿਗੁਰੂ ਪਰਮੇਸ਼ਰ ਤੇਰੀ ਕੁਦਰਤ ਦੇ ਵਿੱਚ ਹੈ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਵ ਆਕਾਰ। ਪਤਾਲ ਅਤੇ ਆਕਾਸ਼, ਇਹ ਵੀ ਵਾਹਿਗੁਰੂ ਪਰਮੇਸ਼ਰ ਤੇਰੀ ਕੁਦਰਤ ਦੇ ਵਿੱਚ ਹਨ। ਸਰਵ ਆਕਾਰ, ਜਿੰਨੀ ਵੀ ਤੂੰ ਸੰਸਾਰ ਦੇ ਵਿੱਚ ਸਰੂਪ ਬਣਾਏ ਹਨ, ਆਕਾਰ ਬਣਾਏ ਹਨ, ਇਹ ਵੀ ਤੇਰੀ ਕੁਦਰਤ ਦੇ ਵਿੱਚ ਹਨ। ਕੁਦਰਤ ਵੇਦ ਪੁਰਾਨ ਕਤੇਬਾ, ਕੁਦਰਤ ਸਰਵ ਵਿਚਾਰ। ਦੇਵ ਅਤੇ ਪੁਰਾਣ, ਚਾਰ ਵੇਦ, 18 ਪੁਰਾਣ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ, ਕਤੇਬਾ ਮੁਸਲਮਾਨ ਧਰਮ ਦੇ ਧਾਰਮਿਕ ਕਿਤਾਬਾਂ, ਇਹ ਵਾਹਿਗੁਰੂ ਤੇਰੀ ਕੁਦਰਤ ਦੇ ਵਿੱਚ ਹਨ, ਤੇਰੀ ਕਲਾ ਦੇ ਵਿੱਚ ਹਨ। ਕੁਦਰਤ ਸਰਵ ਵਿਚਾਰ, ਵੇਦਾਂ ਦੀ, ਪੁਰਾਣਾਂ ਦੀ ਅਤੇ ਕਿਤਾਬਾਂ ਦੀ ਜਿਹੜੀ ਵਿਚਾਰ ਹੈ, ਇਹ ਸਾਰੀ ਵਿਚਾਰ ਤੇਰੀ ਕੁਦਰਤ ਦੇ ਵਿੱਚ ਹੈ, ਤੇਰੀ ਕਲਾ ਦੇ, ਤੇਰੀ ਸ਼ਕਤੀ ਦੇ ਵਿੱਚ ਹੈ। ਕੁਦਰਤ ਖਾਣਾ ਪੀਣਾ ਪਹਿਨਣਾ, ਕੁਦਰਤ ਸਰਵ ਪਿਆਰ। ਜਿਹੜਾ ਜੀਵਾਂ ਦਾ ਖਾਣਾ ਪੀਣਾ ਹੈ, ਜੋ ਪਦਾਰਥਾਂ ਦਾ ਛਕਣਾ ਅਤੇ ਪਾਣੀ ਦਾ ਪੀਣਾ ਹੈ, ਪਹਿਨਣ ਤਨ ਦੇ ਉੱਪਰ ਵਸਤਰਾਂ ਦਾ ਪਹਿਨਣਾ ਹੈ, ਇਹ ਵੀ ਵਾਹਿਗੁਰੂ ਤੇਰੀ ਕੁਦਰਤ ਦੇ ਵਿੱਚ ਹੈ, ਤੇਰੇ ਭਾਣੇ ਦੇ ਵਿੱਚ ਹੈ। ਕੁਦਰਤ ਸਰਵ ਪਿਆਰ, ਅਤੇ ਸਾਰਿਆਂ ਦਾ ਪਿਆਰ, ਇਹ ਵੀ ਤੇਰੀ ਕੁਦਰਤ ਦੇ ਵਿੱਚ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਜਾਤੀ ਕਈ ਜਾਤਾਂ ਦੀ, ਜਿਨਸੀ ਕਈ ਕਿਸਮਾਂ ਦੀ, ਰੰਗੀ ਕਈ ਰੰਗਾਂ ਦੀ, ਜਿਹੜੀ ਵਾਹਿਗੁਰੂ ਤੋਂ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਹਦੇ ਵਿੱਚ ਕਈ ਜਾਤਾਂ ਦੇ ਜੀਵ ਜੰਤੂ ਹਨ, ਕਈ ਕਿਸਮਾਂ ਦੇ ਵਾਹਿਗੁਰੂ ਪਰਮੇਸ਼ਰ ਜੰਤ ਪੈਦਾ ਕੀਤੇ ਹਨ, ਅਤੇ ਕਈ ਰੰਗਾਂ ਦੇ, ਤਰ੍ਹਾਂ ਤਰ੍ਹਾਂ ਦੇ, ਜਿਨ੍ਹਾਂ ਦੇ ਅਨੇਕ ਤਰ੍ਹਾਂ ਦੇ ਤੂੰ ਰੰਗ ਭਰੇ ਹਨ, ਉਹਨਾਂ ਜੀਵ, ਉਹ ਜੀਵ ਵੀ ਤੇਰੀ ਕੁਦਰਤ ਦੇ ਵਿੱਚ ਹਨ। ਕੁਦਰਤ ਜੀ ਜਹਾਨ, ਇਹ ਸੰਸਾਰ ਦੇ ਜੀਵ ਅਤੇ ਜਹਾਨ, ਇਹ ਜਗਤ, ਇਹ ਸੰਸਾਰ ਅਤੇ ਸੰਸਾਰੀ ਜੀਵ, ਇਹ ਸਭ ਤੇਰੀ ਕੁਦਰਤ ਦੇ ਵਿੱਚ ਹਨ। ਕੁਦਰਤ ਨੇਕੀਆ, ਕੁਦਰਤ ਵਧੀਆ, ਕੁਦਰਤ ਮਾਨ ਅਭਮਾਨ। ਨੇਕੀਆਂ ਤੋਂ ਭਾਵ ਚੰਗਿਆਈਆਂ, ਜਿਹੜੇ ਚੰਗਿਆਈਆਂ ਹਨ, ਚੰਗੇ ਕਰਮ ਹਨ, ਇਹ ਵੀ ਤੇਰੀ ਕੁਦਰਤ ਦੇ ਵਿੱਚ ਹਨ। ਅਤੇ ਵਧੀਆਂ, ਬੁਰਿਆਈਆਂ, ਭੈੜੇ ਕੰਮ, ਜਿਹੜੇ ਭੈੜੇ ਕਰਮ ਹਨ, ਇਹ ਵੀ ਤੇਰੀ ਕੁਦਰਤ ਦੇ ਵਿੱਚ ਹਨ। ਕੁਦਰਤ ਮਾਨ ਅਭਿਮਾਨ, ਮਾਨ ਤੋਂ ਭਾਵ ਆਦਰ ਸਤਿਕਾਰ, ਅਭਿਮਾਨ ਹੰਕਾਰ, ਜਿਹੜਾ ਮਾਨ ਸਤਿਕਾਰ ਹੈ, ਹੰਕਾਰ ਹੈ, ਇਹ ਵੀ ਤੇਰੀ ਕੁਦਰਤ ਦੇ ਵਿੱਚ ਹੈ। ਕੁਦਰਤ ਪੌਣ ਪਾਣੀ ਵੈ ਸੰਤਰ, ਕੁਦਰਤ ਧਰਤੀ ਖਾਕ। ਪੌਣ ਹਵਾ, ਪਾਣੀ ਵੈ ਸੰਤਰ ਅੱਗ, ਇਹ ਵਾਹਿਗੁਰੂ, ਇਹ ਜੋ ਹਵਾ ਚੱਲ ਰਹੀ ਹੈ, ਇਹ ਵੀ ਤੇਰੀ ਕੁਦਰਤ ਦੇ ਵਿੱਚ ਹੈ। ਪਾਣੀ ਅਤੇ ਅੱਗ, ਇਹ ਸਭ ਤੇਰੀ ਕੁਦਰਤ ਦੇ ਅਨੁਸਾਰ ਹਨ। ਕੁਦਰਤ ਧਰਤੀ ਖਾਕ, ਧਰਤੀ ਅਤੇ ਖਾਕ ਤੋਂ ਭਾਵ ਮਿੱਟੀ, ਇਹ ਧਰਤੀ ਦੀ ਮਿੱਟੀ,
ਸਭ ਵਾਹਿਗੁਰੂ ਪਰਮੇਸ਼ਰ ਤੇਰੀ ਕੁਦਰਤ ਦੇ ਵਿੱਚ ਹੈ, ਕਿਉਂਕਿ ਤੂੰ ਧਰਤੀ ਦੇ ਉੱਪਰ ਕਈ ਤਰ੍ਹਾਂ ਦੀ ਮਿੱਟੀ ਪੈਦਾ ਕੀਤੀ ਹੈ। ਇਹ ਧਰਤੀ ਤੇ ਧਰਤੀ ਦੀ ਮਿੱਟੀ ਤੇਰੀ ਕੁਦਰਤ ਦੇ ਵਿੱਚ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ ਤੂੰ ਕਾਦਰ ਕਰਤਾ। ਕਾਦਰ ਤੋਂ ਭਾਵ ਸਰਵ ਕਲਾ ਸਮਰੱਥ। ਹੇ ਵਾਹਿਗੁਰੂ, ਤੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਕਰਤਾ ਹੈ, ਇਸ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ। ਤੂੰ ਕਰਤਾ ਪੁਰਖ ਹੈ ਵਾਹਿਗੁਰੂ, ਤੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਸਭ ਤੇਰੀ ਕੁਦਰਤ, ਇਹ ਸਾਰੀ ਤੇਰੀ ਕੁਦਰਤ ਹੈ। ਜੋ ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਗਿਣਤੀ ਕੀਤੀ ਹੈ, ਇਹ ਸਾਰੀ ਹੀ ਵਾਹਿਗੁਰੂ ਤੇਰੀ ਕੁਦਰਤ ਹੈ। ਸਭ ਤੂੰ ਹੀ ਪੈਦਾ ਕੀਤੀ ਹੈ। ਪਾਕੀ ਨਾਈ ਪਾਕ, ਪਾਕ ਤੋਂ ਭਾਵ ਪਵਿੱਤਰ। ਹੇ ਵਾਹਿਗੁਰੂ, ਤੂੰ ਪਵਿੱਤਰ ਹੈ, ਤੇਰਾ ਨਾਮ ਪਵਿੱਤਰ ਹੈ। ਤੂੰ ਪਵਿੱਤਰ ਹੈ ਅਤੇ ਤੇਰਾ ਨਾਮ ਪਵਿੱਤਰ ਹੈ। ਤੂੰ ਇਸ ਸ੍ਰਿਸ਼ਟੀ ਦਾ ਮਾਲਕ ਹੈ, ਸਾਰੀ ਕੁਦਰਤ ਤੇਰੇ ਵਿੱਚ ਹੈ। ਨਾਨਕ ਹੁਕਮੇ ਅੰਦਰ ਵੇਖਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤੂੰ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਅੰਦਰ ਰੱਖਿਆ ਹੋਇਆ ਹੈ। ਹੁਕਮ ਅੰਦਰ ਪੈਦਾ ਕਰਕੇ ਫਿਰ ਹੁਕਮ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਚਲਾ ਕੇ ਸਭ ਜੀਵਾਂ ਨੂੰ, ਤਮਾਮ ਜੀਵਾਂ ਨੂੰ ਤੂੰ ਆਪਣੇ ਹੁਕਮ ਦੇ ਵਿੱਚ ਚਲਾਉਂਦਾ ਹੈ ਅਤੇ ਵੇਖਿਆ, ਫਿਰ ਇਹਨਾਂ ਨੂੰ ਵੇਖਦਾ ਹੈ, ਸਭ ਦੀ ਪ੍ਰਤਪਾਲਣਾ ਕਰਦਾ ਹੈ। ਜਿੱਥੇ ਕਿਤੇ ਵੀ ਤੂੰ ਜੀਵਾਂ ਨੂੰ ਪੈਦਾ ਕੀਤਾ ਹੈ ਸੰਸਾਰ ਦੇ ਵਿੱਚ, ਉਹਨਾਂ ਨੂੰ ਤੂੰ ਆਪਣੇ ਹੁਕਮ ਦੇ ਵਿੱਚ, ਆਪਣੇ ਭਾਣੇ ਦੇ ਵਿੱਚ ਚਲਾਉਂਦਾ ਹੈ ਅਤੇ ਫਿਰ ਸਭ ਨੂੰ ਵੇਖਦਾ ਹੈ, ਸਭ ਨੂੰ ਰੋਜੀ ਪਹੁੰਚਦੀ ਕਰਦਾ ਹੈ। ਵਰਤ ਹੈ ਤਾਕੋ ਤਾਕ, ਤਾਕੋ ਤਾਕ ਤੋਂ ਭਾਵ ਇੱਕੋ ਇੱਕ। ਸਭ ਥਾਵਾਂ ਦੇ ਉੱਪਰ ਸਾਰੀ ਕੁਦਰਤ ਦੇ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ, ਇੱਕੋ ਇੱਕ ਉਹ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ, ਹੋਰ ਕੋਈ ਦੂਜਾ ਨਹੀਂ, ਇੱਕ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ। ਸਭ ਥਾਵਾਂ ਦੇ ਉੱਪਰ ਸਭ ਜੀਵਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਇੱਕ ਵਰਤ ਰਿਹਾ ਹੈ। ਪੌੜੀ ਆਪੀ ਨੇ ਭੋਗ ਭੋਗੈ ਹੋਏ ਭਸਮੜ ਪੌਰਸ ਦਾਇਆ। ਸਤਿਗੁਰੂ ਜੀ ਪੌੜੀ ਉਚਾਰਨ ਕਰਦੇ ਹਨ, ਆਪ ਹੀ ਨੇ ਭੋਗ ਭੋਗੈ, ਸੰਸਾਰ ਦੇ ਵਿੱਚ ਆਏ ਅਤੇ ਸੰਸਾਰ ਦੇ ਵਿੱਚ ਆ ਕੇ ਭੋਗਾਂ ਨੂੰ ਭੋਗਿਆ, ਸੰਸਾਰੀ ਪਦਾਰਥਾਂ ਨੂੰ ਭੋਗਿਆ ਅਤੇ ਹੋਏ ਭਸਮੜ, ਸਵਾਦ ਹੀ ਮੁੱਠੀ ਹੋ ਗਏ। ਕਿਉਂਕਿ ਭੋਗਾਂ ਨੂੰ ਭੋਗਦਿਆਂ ਭੋਗਦਿਆਂ ਇਹ ਤਨ ਸਵਾਹ ਬਣ ਗਿਆ, ਖਾਂਦਿਆਂ ਖਾਂਦਿਆਂ ਮੂੰਹ ਭੱਠਾ, ਪਹਿਨਦਿਆਂ ਸਭ ਅੰਗ, ਖਾਂਦਿਆਂ ਖਾਂਦਿਆਂ ਇਹ ਮੂੰਹ ਘਸ ਗਿਆ, ਦੰਦ ਨਿਕਲ ਗਏ, ਸੁਣਦਿਆਂ ਸੁਣਦਿਆਂ ਕੰਨ ਸੁਣਨੋਂ ਬੰਦ ਹੋ ਗਏ ਅਤੇ ਸੰਸਾਰ ਦੇ ਜਗਤ ਤਮਾਸ਼ਿਆਂ ਨੂੰ ਦੇਖਦਿਆਂ ਦੇਖਦਿਆਂ, ਰੰਗ ਤਮਾਸ਼ਿਆਂ ਨੂੰ ਦੇਖਦਿਆਂ ਹੋਇਆਂ ਇਹ ਅੱਖਾਂ ਦੀ ਜੋਤ ਬੰਦ ਹੋ ਗਈ, ਘੱਟ ਗਈ ਅਤੇ ਸੰਸਾਰ ਦੇ ਵਿੱਚ ਵਿਕਾਰਾਂ ਨੂੰ ਭੋਗਦਿਆਂ ਨਸ਼ਿਆਂ ਨੂੰ ਭੋਗਦਿਆਂ ਹੋਇਆਂ ਇਹ ਤਨ ਜਿਹੜਾ ਸੀ ਇਹ ਕਮਜ਼ੋਰ ਹੋ ਗਿਆ। ਹੁਣ ਸਮਝੋ ਕਿ ਇਹ ਸਵਾਹ ਦੀ ਮੁੱਠੀ ਬਣ ਗਿਆ। ਜਦੋਂ ਸੰਸਾਰੀ ਭੋਗਾਂ ਨੂੰ ਭੋਗਦਿਆਂ ਭੋਗਦਿਆਂ ਬੜਾ ਸਮਾਂ ਲੰਘ ਗਿਆ ਅਤੇ ਇਹਦੇ ਅੰਗ ਪੈਰ ਜਿਹੜੇ ਸੀ ਕਮਜ਼ੋਰ ਹੋ ਗਏ, ਸਮਝੋ ਸਵਾਹ ਦੀ ਮੁੱਠੀ ਬਣ ਗਿਆ ਅਤੇ ਚੜ੍ਹਾਈ ਕਰ ਗਿਆ। ਜਦੋਂ ਸਰੀਰ ਦਾ ਸੰਸਕਾਰ ਕੀਤਾ ਗਿਆ ਤਾਂ ਸਵਾਹ ਦੀ ਮੁੱਠੀ ਬਣ ਗਿਆ। ਭੌਰ ਸਧਾਇਆ, ਜਿਹੜਾ ਭੌਰ ਜਿਹੜੀ ਜੀਵ ਆਤਮਾ ਜਿਹਦੇ ਆਸਰੇ ਦੇ ਨਾਲ ਇਹ ਸਰੀਰ ਤੁਰਿਆ ਫਿਰਦਾ ਸੀ, ਉਹ ਸਧਾਇਆ, ਉਹ ਨਿਕਲ ਤੁਰਿਆ। ਇਸ ਸਰੀਰ ਦੇ ਵਿੱਚੋਂ ਉਹ ਭੌਰ, ਉਹ ਜੀਵ ਆਤਮਾ ਬਾਹਰ ਨਿਕਲ ਗਈ। ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਵੱਡਾ ਹੋਆ ਦੁਨੀਦਾਰ, ਇਹਦੇ ਵਿਦਵਾਨਾਂ ਨੇ ਦੋ ਅਰਥ ਕੀਤੇ ਹਨ।
ਵੱਡਾ ਹੋਆ ਦੁਨੀਦਾਰ। ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਤਾਂ ਆਖਦੇ ਹਨ ਕਿ ਵੱਡਾ ਹੋ ਗਿਆ ਭਾਵ ਮਰ ਗਿਆ। ਜਿਵੇਂ ਸੰਸਾਰ ਦੇ ਵਿੱਚ ਅਸੀਂ ਪੁਰਾਤਨ ਸਮੇਂ ਦੇ ਵਿੱਚ ਦੀਵੇ ਨੂੰ ਬੁਝਾਉਣ ਨੂੰ ਆਖਦੇ ਸੀ ਕਿ ਦੀਵਾ ਵੱਡਾ ਕਰ ਦਿਓ, ਅਤੇ ਦੁਕਾਨਦਾਰ ਆਖਦੇ ਹਨ ਕਿ ਦੁਕਾਨ ਵਧਾ ਦਿਓ। ਕਿ ਜਦੋਂ ਇਹ ਕਮਜ਼ੋਰ ਹੋ ਗਿਆ ਅਤੇ ਵੱਡਾ ਹੋ ਗਿਆ, ਇਹ ਦੁਨੀਆ ਨੂੰ ਛੱਡ ਕੇ ਚਲਾ ਗਿਆ, ਦੂਸਰਾ ਅਰਥ ਕਰਦੇ ਹਨ ਕਿ ਇਹ ਸੰਸਾਰ ਦੇ ਵਿੱਚ ਆਇਆ, ਬੜੇ ਭੋਗਾਂ ਨੂੰ ਭੋਗਿਆ ਅਤੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਵੱਡਾ ਖਵਾਇਆ, ਦੁਨੀਆਦਾਰ ਬਣ ਗਿਆ ਕਿ ਮੈਂ ਬੜਾ ਵੱਡਾ ਹਾਂ, ਮੇਰੀ ਸੰਸਾਰ ਵਿੱਚ ਬੜੀ ਪ੍ਰਾਪਤਾ ਹੈ, ਮੈਂ ਬੜਾ ਸਿਆਣਾ ਹਾਂ, ਸਭ ਥਾਂ 'ਤੇ ਆਪਣੇ ਆਪ ਨੂੰ ਉੱਚਾ ਵੱਡਾ ਖਵਾਉਣ ਲੱਗ ਪਿਆ। ਅਤੇ ਜਦੋਂ ਫਿਰ ਭਸਮੜ ਹੋਇਆ, ਸਵਾਹ ਦੀ ਮੁੱਠੀ ਹੋ ਗਿਆ, ਗਾਲ ਸੰਗਲ ਘੱਤ ਚਲਾਇਆ, ਅਤੇ ਵਾਹਿਗੁਰੂ ਪਰਮੇਸ਼ਰ ਨੇ ਜਮਦੂਤਾਂ ਦੀ ਡਿਊਟੀ ਲਾਈ ਹੈ, ਉਹਨਾਂ ਨੇ ਆ ਕੇ ਗਲ ਦੇ ਵਿੱਚ ਸੰਗਲ ਪਾ ਲਿਆ ਅਤੇ ਸੰਗਲ ਪਾ ਕੇ ਅੱਗੇ ਲਾ ਲਿਆ। ਹੁਣ ਮਨ ਦੇ ਵਿੱਚ ਸ਼ੰਕਾ ਪੈਦਾ ਹੋਵੇਗਾ ਕਿ ਜਿਹੜਾ ਸਰੀਰ ਸੀ ਇਹਦਾ ਸਾਡੇ ਸਾਹਮਣੇ ਜਲ ਗਿਆ, ਸਵਾਹ ਬਣ ਗਿਆ, ਅਤੇ ਗਲ ਦੇ ਵਿੱਚ ਕਿਹਦੇ ਸੰਗਲ ਪਿਆ? ਤਾਂ ਇਹਦਾ ਉੱਤਰ ਇਹ ਬਣਦਾ ਹੈ ਕਿ ਸਾਡੇ ਤਿੰਨ ਸਰੀਰ ਹਨ। ਇੱਕ ਅਸਥੂਲ ਸਰੀਰ ਜੋ ਸਾਨੂੰ ਦਿਸ ਰਿਹਾ ਹੈ, ਤੁਰ ਫਿਰ ਰਿਹਾ ਹੈ, ਇੱਕ ਕਾਰਨ ਸਰੀਰ ਜੋ 17 ਤੱਤਾਂ ਦਾ ਬਣਿਆ ਹੋਇਆ ਹੈ, 5 ਗਿਆਨ ਇੰਦਰੀ, 5 ਕਰਮ ਇੰਦਰੀ, 5 ਸਵਾਸ, ਮਨ, ਬੁੱਧੀ, ਇਹਨਾਂ 17 ਤੱਤਾਂ ਦਾ ਬਣਿਆ ਹੋਇਆ ਹੈ। ਅਤੇ ਇਹਦੇ ਵਿੱਚ ਹੈ ਸੂਖਮ ਸਰੀਰ। ਜਿਹੜਾ ਸੂਖਮ ਸਰੀਰ ਹੈ ਇਹਨੇ ਜਾ ਕੇ ਲੇਖਾ ਦੇਣਾ ਹੈ। ਇਹ 4 ਤੱਤਾਂ ਦਾ ਬਣਿਆ ਹੋਇਆ, ਮਨ, ਬੁੱਧੀ ਅਤੇ ਚਿੱਤ, ਹੰਕਾਰ, ਇਹਨਾਂ 4 ਦਾ ਸੁਮੇਲ ਤੋਂ ਬਣਿਆ ਹੈ ਸੂਖਮ ਸਰੀਰ। ਇਸ ਸੂਖਮ ਸਰੀਰ ਨੂੰ ਫਿਰ ਇਸ ਅਸਥੂਲ ਸਰੀਰ ਦੇ ਵਿੱਚੋਂ ਕੱਢ ਕੇ ਫਿਰ ਉਹਦੇ ਗਲ ਦੇ ਵਿੱਚ ਸੰਗਲ ਪਾ ਕੇ ਅੱਗੇ ਤੋਰ ਲੈਂਦੇ ਹਨ। ਜਿਸ ਤਰ੍ਹਾਂ ਨਿਹੰਗ ਸਿੰਘਾਂ ਦੀਆਂ ਕਈ ਐਸੀਆਂ ਜਥੇਬੰਦੀਆਂ ਹਨ, ਉਹਨਾਂ ਨੇ ਵੀ ਆਪਣੇ ਪਾਸ ਇੱਕ ਬੜਾ ਭਾਰੀ ਸੰਗਲ ਰੱਖਿਆ ਹੋਇਆ ਹੈ। ਜਿਹੜਾ ਕੋਈ ਨਿਹੰਗ ਸਿੰਘ ਕੋਈ ਗਲਤੀ ਕਰਦਾ ਹੈ ਤਾਂ ਉਹਨੂੰ ਸਜ਼ਾ ਹੀ ਦਿੰਦੇ ਹਨ ਕਿ ਉਹਦੇ ਗਲ ਦੇ ਵਿੱਚ ਵੱਡਾ ਸਾਰਾ ਸੰਗਲ ਪਾ ਦਿੰਦੇ ਹਨ, ਜਿਸ ਦਾ ਭਾਰ 1.25 ਮਣ ਲਿਖਿਆ ਹੈ, ਅਤੇ ਧੁੱਪ ਦੇ ਵਿੱਚ ਖੜਾ ਦਿੰਦੇ ਹਨ ਕਿ ਤੈਨੂੰ ਇਹ ਸਜ਼ਾ ਹੈ, ਅਤੇ ਉਹ ਸਜ਼ਾ ਨੂੰ ਭੁਗਤਦਾ ਹੈ। ਇਸੇ ਤਰ੍ਹਾਂ ਹੀ ਇਸ ਜੀਵ ਆਤਮਾ ਨੂੰ ਗਲ ਦੇ ਵਿੱਚ ਸੰਗਲ ਪਾ ਕੇ ਅੱਗੇ ਲਾ ਕੇ ਤੋਰ ਲਿਆ ਜਾਂਦਾ ਹੈ। ਅਗੈ ਕਰਨੀ ਕੀਰਤ ਵਾਚੀਐ ਵਹਿ ਲੇਖਾ ਕਰ ਸਮਝਾਇਆ। ਅੱਗੇ ਫਿਰ ਧਰਮਰਾਜ ਦੇ ਪਾਸ ਚਲੇ ਜਾਂਦੇ ਹਨ, ਅਤੇ ਧਰਮਰਾਜਾ ਕਰਨੀ ਜਿਹੋ ਜਿਹੇ ਕਰਮ ਕਮਾਏ ਹਨ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਕੀਰਤ ਜਿਹੋ ਜਿਹੀ ਕੀਰਤੀ ਵਡਿਆਈ ਕਮਾਈ ਹੈ ਉਹ ਸਾਰੀ ਵਾਚੀ ਹੈ, ਬਹਿ ਕੇ ਵਾਚੀ ਜਾਂਦੀ ਹੈ। ਕਿਉਂਕਿ ਜਿਹੜੇ ਚਿਤਰਗੁਪਤ ਹਨ ਉਹ ਚਿਤਰਗੁਪਤ ਜਾ ਕੇ ਸਾਰਾ ਲੇਖਾ ਸਾਹਮਣੇ ਰੱਖ ਦਿੰਦੇ ਹਨ, ਫਿਰ ਉਹ ਵਾਚਿਆ ਜਾਂਦਾ ਹੈ। ਵਹਿ ਲੇਖਾ ਕਰ ਸਮਝਾਇਆ, ਫਿਰ ਧਰਮ ਰਾਜਾ ਬੈਠ ਕੇ ਲੇਖਾ ਕਰਕੇ ਸਮਝਾਉਂਦਾ ਹੈ ਕਿ ਭਾਈ ਆਹ ਕਰਮ ਤੂੰ ਕਮਾਏ ਹਨ। ਫਿਰ ਆਖਦਾ ਹੈ ਕਿ ਹਾਂ ਜੀ, ਆਹ ਮਾੜੇ ਕਰਮ ਕਮਾਏ ਹਨ, ਜੀ ਹਾਂ, ਸੰਸਾਰ ਦੇ ਵਿੱਚ ਆ ਕੀਰਤੀ ਵਡਿਆਈ ਖੱਟੀ ਹੈ, ਜੀ ਹਾਂ। ਜਦੋਂ ਬਹੁਤ ਸਾਰਾ ਲੇਖਾ ਨਿਕਲ ਆਉਂਦਾ ਹੈ ਅਤੇ ਫਿਰ ਉਹਨਾਂ ਲੇਖਾਂ ਦੇ ਅਨੁਸਾਰ, ਉਹਨਾਂ ਕਰਮਾਂ ਦੇ ਅਨੁਸਾਰ ਸਜ਼ਾ ਮਿਲਦੀ ਹੈ, ਅਤੇ ਸਤਿਗੁਰੂ ਜੀ ਦੱਸਦੇ ਹਨ ਕਿ ਉਹ ਸਜ਼ਾ ਕਿਵੇਂ ਮਿਲਦੀ ਹੈ। ਥਾਉ ਨਾ ਹੋਵਈ ਪਾਉਂਦਈ, ਹੁਣ ਸੁਣੀਐ ਕਿਆ ਰੁਆਇਆ। ਫਿਰ ਜਦੋਂ ਸਜ਼ਾ ਮਿਲਦੀ ਹੈ ਅਤੇ ਪਾਉਣ ਦੀ, ਫਿਰ ਪੈਂਦੀਆਂ ਨੂੰ ਥਾਂ ਨਹੀਂ ਮਿਲਦੀ, ਇਹਨੂੰ ਲੁਕਣ ਨੂੰ ਕੋਈ ਥਾਂ ਨਹੀਂ ਮਿਲਦੀ, ਕਿੱਥੇ ਲੁਕੇ, ਹੁਣ ਸੁਣੀਐ ਕਿਆ ਰੁਆਇਆ। ਫਿਰ ਉੱਚੀ ਉੱਚੀ ਤਹਾਂ ਮਾਰ ਕੇ ਰੋਂਦਾ ਹੈ, ਅਤੇ ਫਿਰ ਦੂਤ ਆਖਦੇ ਹਨ ਕਿ ਭਾਈ ਹੁਣ ਤੇਰੀ ਕਿਹਨੇ ਸੁਣਨੀ ਹੈ? ਜਿਨ੍ਹਾਂ ਨੇ ਸੁਣਨੀ ਸੀ, ਜਿਨ੍ਹਾਂ ਦੇ
ਨਾਲ ਜੁੜ ਕੇ ਜਿਨ੍ਹਾਂ ਦੇ ਪਿੱਛੇ ਤੂੰ ਆਪਣਾ ਜੀਵਨ ਬਰਬਾਦ ਕਰਾਇਆ ਹੈ। ਤੈਨੂੰ ਮੌਕਾ ਮਿਲਿਆ ਸੀ ਉਦੋਂ ਤੂੰ ਨਾਮ ਬਾਣੀ ਦਾ ਸਿਮਰਨ ਨਹੀਂ ਕੀਤਾ, ਪ੍ਰਭੂ ਦੇ ਚਰਨਾਂ ਦੇ ਨਾਲ ਨਹੀਂ ਜੁੜਿਆ ਅਤੇ ਉਹਨਾਂ ਸੰਸਾਰੀ ਕੁਟੰਬੀਆਂ ਦੇ ਨਾਲ ਜੁੜਿਆ ਰਿਹਾ। ਹੁਣ ਉਹ ਤਾਂ ਤੇਰੇ ਨਾਲੋਂ ਦੂਰ ਰਹਿ ਗਏ, ਉਹ ਤਾਂ ਸੰਸਾਰ ਦੇ ਵਿੱਚ ਰਹਿ ਗਏ। ਹੁਣ ਉਹਨਾਂ ਨੇ ਹੁਣ ਤੇਰੀ ਕਿਹਨੇ ਸੁਣਨੀ ਹੈ? ਇੰਨੀ ਮਾਰ ਪੈਂਦੀ ਹੈ, ਇੰਨੀ ਮਾਰ ਪੈਂਦੀ ਹੈ ਕਿ ਕੋਈ ਥਾਂ ਨਹੀਂ ਮਿਲਦੀ ਪੈਂਦੀਆਂ ਨੂੰ। ਜਦੋਂ ਧਰਮ ਰਾਜ ਦੇ ਦੂਤ ਸਜ਼ਾ ਦਿੰਦੇ ਹਨ, ਮਨ ਅੰਧੇ ਜਨਮ ਗਵਾਇਆ, ਅੰਧੇ ਤੋਂ ਭਾਵ ਅਗਿਆਨਤਾ, ਇਸ ਅਗਿਆਨਤਾ ਭਰੇ ਮਨ ਨੇ ਜਨਮ ਗਵਾਇਆ, ਆਪਣਾ ਜਨਮ ਬੇਅਰਥ ਗਵਾ ਲਿਆ। ਮਨੁੱਖਾ ਜਨਮ ਪ੍ਰਾਪਤ ਹੋਇਆ ਸੀ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਕਿ ਤੈਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਣ ਦੀ ਵਾਰੀ ਪ੍ਰਾਪਤ ਹੋਈ ਸੀ, ਪਰ ਤੂੰ ਇਸ ਪਾਸੇ ਤਾਂ ਸੋਚਿਆ ਹੀ ਨਹੀਂ। ਤੂੰ ਤਾਂ ਸੰਸਾਰ ਦੇ ਨਾਲ ਜੁੜਿਆ ਰਿਹਾ, ਵਿਕਾਰਾਂ ਦੇ ਨਾਲ ਜੁੜਿਆ ਰਿਹਾ, ਨਸ਼ਿਆਂ ਦੇ ਨਾਲ ਜੁੜਿਆ ਰਿਹਾ, ਵਿਕਾਰਾਂ ਦੇ ਵਿੱਚ ਲੱਗਾ ਰਿਹਾ, ਕਦੇ ਸਤਸੰਗਤ ਕੀਤੀ ਨਹੀਂ, ਗੁਰੂ ਦੇ ਦਰਬਾਰ ਵਿੱਚ ਆਇਆ ਹੀ ਨਹੀਂ, ਕਦੇ ਗੁਰੂ ਦੀ ਬਾਣੀ ਪੜ੍ਹ ਕੇ ਦੇਖੀ ਹੀ ਨਹੀਂ। ਆਪਣਾ ਸਾਰਾ ਜੀਵਨ ਵਿਅਰਥ ਗਵਾ ਲਿਆ। ਸਤਿਗੁਰੂ ਜੀ ਕਿਰਪਾ ਕਰਨ, ਗੁਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ।